वेलकम बैक गाइस, की हाल चाल है? होपफुली सारे बढ़िया होंगे। वी आर बैक विद अनदर सुपर एक्साइटिंग रिएक्शन वीडियो। आज दी वीडियो दा एक्साइटिंग होना बढ़ता भी है बिकॉज जे तुसां दी नवी मूवी दा ट्रेलर रिलीज हो चुके जिदा के नाम है बाबे भंगड़ा पाउंदे ने सुरगन मेहता एंड सोहेल अहमद आर टू बिग नेम्स इन टाइटल। सोहेल अहमद दा बहुत सारे लोगों को नहीं पता होगा, सोहेल अहमद पाकिस्तानी इंडस्ट्री दा कॉमेडियन, बहुत अच्छा कॉमेडियन है। बस ऐ टिक जा, टिक नहीं गया, मैं लगता हूँ पुठा ला लिया, सॉरी। आओ होटल में इसके बगैर शुरू कर दें। 3, 2, 1 ते स्टार्ट। वर्ल्ड दे थ्री रिचेस्ट मैन। ओके, थ्री रिचेस्ट मैन। वो ये सही आंसर। आइडिया करके। आइडिया साडे कोल भी है। पीछे फोटो देखो। वर्ल्ड दे थ्री रिचेस्ट मैन कौन ने? वी थ्री। कम ऑन बेबी। क्या लॉजिक है? हिम्मत नहीं हारनी चाहिए बंदे ने। गैलेक्सी अंडरवियर। ये तो तुम्हारे सब आइडियाज हैं। कुछ रेडी नहीं है। सर मैं आइडिया वाला भांड्या वाला थोड़ी हां सर। कमाल हो गई। ਇਨੂੰ ਬਾਪੂ ਮਰੇ ਦਾ ਪੋਰਾ ਦੁੱਖ ਨਹੀਂ। ਇਹਨੂੰ ਇਹਨਾਂ ਚਾਹ ਕਾਤੇ ਚੜਿਆ ਆ। ਚਾਹ ਚੜੇ ਨਾ, ਇਹਨੂੰ 5 ਮਿਲੀਅਨ ਦਾ ਇੰਸ਼ੋਰੈਂਸ ਕਲੇਮ ਮਿਲਿਆ ਬਾਪੂ ਮਰੇ ਦਾ। ਵਈ ਬਾਪੂ ਮਰਿਆ ਜ਼ਿਆਦਾ ਫਾਇਦੇ ਦਾ ਨਹੀਂ। ਇਹਨੂੰ ਕਹਿੰਦੇ ਬਿਜ਼ਨਸ ਆਈਡੀਆਜ਼। ਆਪਾਂ ਐਵੇਂ ਸਪੇਸ ਚੱਡੀਆਂ ਚੱਕੀ ਫਿਰਦੇ ਆ। ਓਏ ਆ ਬੰਦਾ ਯਾਰ, ਮੈਂ ਦੇਖਿਆ ਆ ਵਾ ਤੇ YouTube ਚੈਨਲ ਆ ਨਾ, ਬਹੁਤ ਅੱਛੀ ਵੀਡੀਓਜ਼ ਬਣਾਉਂਦਾ ਹੈ। ਪਰ ਤੁਹਾਡੇ ਤਾਂ ਕੋਈ ਬਜ਼ੁਰਗ ਹੈ ਨਹੀਂ ਇੰਸ਼ੋਰੈਂਸ। ਦਸਤਾਰ ਵਾਲਾ ਬੰਦਾ ਦੂਤ ਪਾਲਾਂਗੇ। ਇਹ ਬਜ਼ੁਰਗ ਕੌਣ ਗੋਦ ਪਾਉਂਦਾ? ਅਸੀਂ ਪਾਉਨੇ ਆ। ਵੈਰੀ ਸੂਨ ਤੁਸੀਂ ਪਿਆ ਹੋਇਆ ਦੇਖੋਗੇ। ਓਏ ਇੱਥੇ ਤਾਂ ਵੈਰਾਈਟੀ ਬਹੁਤ ਹੈ। This one is better. ਇਹ ਵਧੀਆ ਮਾਲ ਆ। ਉਹ ਨਹੀਂ ਯਾਰ, ਬੈਟਰ ਨਹੀਂ ਚਾਹੀਦਾ। ਉਹ ਸ਼ਾਰਟ ਲਿਸਟ ਕਰੋ ਜਿਹਦੀ ਵੈਲਿਡਿਟੀ ਘੱਟ ਹੋਵੇ। ਕੀ ਆਈਡੀਆ ਬਵੇ ਮੀਰ ਹੁਣ ਦਾ। ਬੀਪੀ ਹਾਈ, ਸ਼ੂਗਰ ਹਾਈ, ਨਾਲੇ ਕਿਡਨੀ ਵੀ 70% ਫੇਲ ਆ। ਪਾਪਾ ਜੀ ਦੀ ਕਿੰਨੇ ਕ ਦਿਨ ਸੁਹੇਲ ਅਹਿਮਦ ਆ ਜੀ ਲਿਖੀ ਆ? ਇਹੀ ਕੁਛ 20-25 ਦਿਨ। ਪਤੰਦਰਾ ਨੇ ਮੇਨ ਪੀਸ ਗਰਾਜ ਚਲਾ ਰੱਖਿਆ ਸੀ। ਥੈਂਕ ਯੂ। ਐਸ ਸੁਹੇਲ ਅਹਿਮਦ ਆ। ਅੱਜ ਕਨਾਤ ਦੀ ਚੋਲੀ ਫਾਦਰ ਪਾਤਾ ਹੈ। ਕਨਾਤ ਦੀ ਚੋਲੀ ਫਾਦਰ ਪਾਤਾ। यार वो बहुत फनी होना है। ओ पुत्त, ओए हल्ले थोड़ी करना। पापा जी ने बाथरूम जाना। पुलर, पापा जी ने दसया सी ना, उना दे हाथां दी पकड़ ढिल्ली है। सेवैया लैला मेरा वीर। जे पॉलिसी एक्टिव होण तो पहला बापू जी नु कुछ हो गया ता फिर कुछ भी नहीं मिलना। फिर कदों तक मिलेगी सानू पॉलिसी? यही कुछ भी 25 दिन लगा लो। ए ता फिर काटू काटी फस गया मामला, मतलब रेस अगेंस्ट टाइम। ओए दुआई सिद्धी बाबू तेल ही बाकी बहुत बचा। ये तो भांबड़ बन जाता। ਇਕਬਾਲ ਜੀ ਤਾਂ ਕਹਿੰਦੇ ਬਾਬਾ ਸਹੀ ਹੋ ਗਿਆ। ਪਾਰਟਿਸਿਪੇਟ ਕਰਨਾ? ਹਾਂਜੀ ਕਰ ਸਕਦੇ ਨੇ ਉਹ। ਉਹ ਤਾਂ ਚਾਹੇ ਹੁਣ ਘੋੜਿਆਂ ਨਾਲ ਦੌੜੀ ਜਾਣ, ਸਾਥੋਂ ਸੇਵਾ ਹੀ ਇੰਨੀ ਹੋ ਗਈ। ਇਹਨੇ ਨਹੀਂ ਮਰਨਾ, ਗਲਤੀ ਕੀਤੀ, ਉੜਦਾ ਤੀਰ ਫੜ ਲਿਆ। ਉੜਦਾ ਤੀਰ ਨਹੀਂ ਵੀਰੇ, ਇਸ ਤੀਰ ਨੂੰ ਆਪਾਂ ਸਪੈਸ਼ਲੀ ਬਾਜ਼ਾਰ ਜਾ ਕੇ ਲੈ ਕੇ ਆਏ ਆ। ਆਈਡੀਆ ਸੋਲਿਡ ਸੀ। ਹੁਣ ਜੇ ਬੁੜਾ ਨਹੀਂ ਮਰਿਆ ਤਾਂ ਧੱਕੇ ਨਾ ਮਾਰ ਦਈਏ। ਹੁਣ ਜੇ ਬੁੜਾ ਨਹੀਂ ਮਰਿਆ ਤਾਂ ਧੱਕੇ ਨਾ ਮਾਰ ਦਈਏ। ਗੁੱਡ ਆਈਡੀਆ। ਬਾਬਾ ਮਾਰ ਕੇ ਛੱਡਣਾ ਇਹਨਾਂ ਨੇ। ਇਸ ਵਾਰੀ ਡਰਾਮਾ ਥੋੜਾ ਵੱਡਾ ਕਰਨਾ ਪੈਣਾ। ਉੱਤੇ ਚੜ ਗਿਆ। ਇਹ ਦੁਨੀਆ ਚਾਰ ਦਿਲ ਦਾ ਮੇਲਾ ਏ। ਇਹ ਤੁਹਾਡਾ ਮੈਨੂੰ ਫਿਰ ਚੌਥਾ ਦਿਨ ਹੀ ਲੱਗ ਰਿਹਾ ਪਾਪਾ ਜੀ। ਬੱਲੜ ਬੱਲੜ ਬਾਵੇ ਦਾ ਬਾਬਾ ਭੰਗੜਾ ਦਸਹਿਰੇ ਤੇ ਪਾਵੇਗਾ। अच्छा यार, वो जिहड़ा तीसरा बंदा है ना दस्तार वाला, मैं पहले उहदियां वीडियोज़ देखियां होईयां ने। लाइक वो बहुत सोहणियां वीडियोज़ बनांदा, उहदियां काफ़ी वीडियोज़ आ मैं देखियां होईयां ने, मैनूं नाम नहीं याद आ रहा। बाकी ट्रेलर जिहड़ा सी बहुत फनी सीगा, मैनूं लगदा कि मूवी जिहड़ी आ वो ਪੱਖੀਆਂ ਤੋੜ ਦੇਣ ਵਾਲਾ ਹਾਸਾ ਹੋਏਗਾ ਮੂਵੀ ਦੇ ਵਿੱਚ। ਬਾਕੀ ਕਿਤੇ ਨਾ ਕਿਤੇ ਪਾਕਿਸਤਾਨੀ ਜਿਹੜੀ ਕਾਮੇਡੀ ਹੈ ਨਾ, ਉਹਦੀ ਝਲਕ ਮੂਵੀ ਦੇ ਵਿੱਚ ਨਜ਼ਰ ਆ ਰਹੀ ਸੀ। ਹੁਣ ਤੁਸੀਂ ਦੇਖੋ ਨਾ, ਇੰਨੇ ਕੁਲੈਬਸ ਹੋ ਰਹੇ ਆ ਪਾਕਿਸਤਾਨ ਅਤੇ ਇੰਡੀਆ ਦੇ ਦਰਮਿਆਨ, ਬਹੁਤ ਸੋਹਣੀ ਗੱਲ ਆ। ਅਤੇ ਅਸੀਂ ਵੀ ਕੁਲੈਬ ਕਰੋ ਨਾ ਬੇਟਾ, ਸਾਡੇ ਨਾਲ ਵੀ ਕੋਈ ਕਰ ਲਓ ਯਾਰ, ਕੋਈ ਮਾੜੇ ਮੋਟੇ ਸਾਡੇ ਵੀ ਸਬਸਕ੍ਰਾਈਬਰ ਵੱਧ ਜਾਣਗੇ। ਬਾਕੀ ਬਹੁਤ ਅੱਛਾ ਆਈਡੀਆ ਇਹਨਾਂ ਦਾ, ਲਾਈਕ ਆਡੀਅੰਸ ਹੋਰ ਗੇਨ ਕਰਨ ਦਾ, ਬਹੁਤ ਸੋਹਣਾ ਕੰਮ ਕੀਤਾ। ਸਪੈਸ਼ਲੀ ਯਾਰ ਲਾਈਕ ਜਿੱਦਾਂ ਜੁਗਤਾਂ ਵੱਜ ਰਹੀਆਂ ਨਾ, ਚੌਥਾ ਦਿਨ ਤੁਹਾਡਾ ਲੱਗ ਰਿਹਾ, ਇਹ ਜੁਗਤਾਂ ਇਹਨਾਂ ਨੂੰ ਕਹਿੰਦੇ ਆ ਸ਼ਾਇਦ, ਪਤਾ ਹੋਏ ਮੈਂ ਕਿਉਂ ਦੱਸ ਰਿਹਾ ਫਿਰ ਜਿੱਦਾਂ ਪਤਾ। ਅੱਛਾ ਮਤਲਬ ਇਹਨਾਂ ਜੁਗਤਾਂ ਕਹਿੰਦੇ ਆ, ਅਤੇ ਇਹ ਪਾਕਿਸਤਾਨੀ ਕੌਮੇਡੀ ਦੇ ਵਿੱਚ ਜ਼ਿਆਦਾ ਇੰਨਾ, ਅਤੇ ਲਾਈਕ ਸਟਰੀਟ ਕੌਮੇਡੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਗੱਲ 'ਚੋਂ ਗੱਲ ਕੱਢਣੀ, ਇਹਨੂੰ ਜੁਗਤ ਕਹਿੰਦੇ ਆ ਪਾਕਿਸਤਾਨ ਦੇ ਵਿੱਚ। ਅਤੇ ਫੈਸਲਾਬਾਦ ਜਿੱਥੇ ਕਿ ਮੈਂ ਰਹਿੰਦਾ, ਇਹ ਸਾਰਿਆਂ ਨਾਲ ਗੰਦਾ ਸ਼ਹਿਰ ਇਸ ਚੀਜ਼ ਬਾਰੇ ਮੰਨਿਆ ਜਾਂਦਾ, ਲਾਈਕ ਜੁਗਤਾਂ ਦਾ ਗੜ ਮੰਨਿਆ ਜਾਂਦਾ, ਗੱਲ 'ਚੋਂ ਗੱਲ ਕੱਢ ਕੇ ਮਾਰਨੀ ਅਗਲੇ ਬੰਦੇ ਨੂੰ। ਬਾਕੀ ਵਧੀਆ ਟ੍ਰੇਲਰ ਸੀਗਾ, ਸੋਹਣਾ ਸੀਗਾ।
ਤੇ ਆਪਣੀ ਲਾਈਟ ਵੀ ਜਾ ਚੁੱਕੀ। ਯਕੀਨ ਕਰੋ ਮੈਂ ਝੂਠ ਨਹੀਂ ਬੋਲਿਆ, ਲਾਈਟ ਵੈਸੇ ਹੀ ਗਈ ਆ। ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਨਾ ਝੂਠ ਬੋਲਿਆ ਤੇ ਲਾਈਟ ਗਈ ਆ, ਇੱਦਾਂ ਦਾ ਕੋਈ ਸੀ ਸੀਨ ਕਰਦੇ ਹੁੰਦੇ ਸੀਗੇ। ਬਾਕੀ ਵਧੀਆ ਟ੍ਰੇਲਰ ਸੀਗਾ, ਸੋਹਣਾ ਸੀਗਾ, ਮੂਵੀ ਦੇਖਣ ਵਾਲੀ ਹੋਏਗੀ। ਲਾਈਕ 5 ਅਕਤੂਬਰ ਨੂੰ ਮੈਨੂੰ ਵੇਟ ਰਹੇਗਾ, ਸਪੈਸ਼ਲੀ ਮੈਂ ਇਹ ਮੂਵੀ ਦੇਖਾਂਗਾ। ਹੌਸਲਾ ਰੱਖ ਤੋਂ ਬਾਅਦ ਦੂਸਰੀ ਮੂਵੀ ਜੋ ਕਿ ਮੈਨੂੰ ਬਹੁਤ ਜ਼ਿਆਦਾ ਐਕਸਾਈਟ ਕਰ ਰਹੀ ਆ ਉਹ ਆਹ ਮੂਵੀ ਆ, ਬਾਬੇ ਭੰਗੜਾ ਪਾਉਂਦੇ ਨੇ। ਪਤਾ ਨਹੀਂ ਕਿੱਦਾਂ ਦਾ ਹੁਣ ਭੰਗੜਾ ਪੈਂਦਾ, ਕੌਣ ਕੌਣ ਭੰਗੜਾ ਕੀ ਪਾਉਂਦਾ, ਇਹਨਾਂ ਦੇ ਤਾਂ ਹੋਕੇ ਕਢਵਾ ਗਿਆ ਬਾਬਾ ਟ੍ਰੇਲਰ 'ਚ ਜਿੱਦਾਂ ਲੱਗ ਰਿਹਾ। ਬਾਕੀ ਦੇਖਦੇ ਆਪਾਂ ਕੀ ਬਣਦਾ 5 ਅਕਤੂਬਰ ਨੂੰ। ਮੈਨੂੰ ਦਿਓ ਤੁਸੀਂ ਇਜਾਜ਼ਤ ਸਾਰੇ, ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਰਿਐਕਸ਼ਨ ਵੀਡੀਓ ਦੇ ਵਿੱਚ। ਉਹਨੇ ਚੇਲੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਅਤੇ ਐਕਸਾਈਟਿੰਗ ਵੀਡੀਓਜ਼ ਹਜੇ ਬਾਕੀ ਨੇ, ਇਹ ਵੈਸੇ ਮਤਲਬ ਇੱਕ ਟ੍ਰੇਲਰ ਜਿਹਾ ਤੁਸੀਂ ਲਾ ਲਓ ਚੱਲ ਰਿਹਾ ਵੀਡੀਓਜ਼ ਦਾ, ਅਤੇ ਵੀਡੀਓਜ਼ ਹਜੇ ਸਹੀ ਤਰ੍ਹਾਂ ਪ੍ਰੋਡਿਊਸ ਹੋ ਨਹੀਂ ਰਹੀਆਂ। ਆਈ ਡੋਂਟ ਨੋ ਵਾਈ, ਥੋੜ੍ਹਾ ਜਿਹਾ ਮੈਂ ਬਿਜ਼ੀ ਚੱਲ ਰਿਹਾ ਸ਼ਾਇਦ ਇਸ ਕਰਕੇ। ਬਾਕੀ ਜਲਦ ਅਜ਼ ਜਲਦ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਾਰਾ ਆਪਣਾ ਸੈਟਅਪ ਜਿਹੜਾ ਅਪਗ੍ਰੇਡ ਕਰ ਲਈਏ, ਅਤੇ ਫਿਰ ਅੱਛੇ ਅੱਛੇ ਵੀਡੀਓਜ਼ ਤੁਹਾਡੇ ਸਾਰੇ ਲਈ ਨਿਕਲ ਕੇ ਆਉਣਗੀਆਂ। ਹੁਣ ਤੁਹਾਨੂੰ ਬੱਚਿਆਂ ਦੀ ਆਵਾਜ਼ ਸ਼ੁਰੂ ਆਉਣਾ ਸ਼ੁਰੂ ਹੋ ਜਾਣੀ ਆ, ਕਿਉਂਕਿ ਸਕੂਲ ਨੂੰ ਛੁੱਟੀ ਹੋ ਚੁੱਕੀ ਆ। ਇਸ ਤੋਂ ਪਹਿਲੇ ਤੁਸੀਂ ਹੋਰ ਡਿਸਟਰਬ ਹੋਵੋ, ਪਸੀਨਾ ਮੈਨੂੰ ਬਹੁਤ ਆ ਚੁੱਕਿਆ। ਮਿਲਦੇ ਆਪਾਂ ਕਿਸੇ ਹੋਰ ਨਵੀਂ ਰਿਐਕਸ਼ਨ ਵੀਡੀਓ ਦੇ ਵਿੱਚ। ਉਹਨੇ ਚੱਲੀ, ਰੱਬ ਰੱਖਾ ਐਂਡ ਬਾਏ।